ਲਓ ਜੀ ਕਰੋ ਚੈੱਕ, ਇਹ ਥੱਲੇ ਚਿੱਕੜ ਨਹੀਂ ਕਰਦੇ। ਹਾਂ ਦੇਖੋ ਥੱਲੇ ਚਿੱਕੜ ਨਹੀਂ ਹੈਗਾ, ਇਹਦੇ ਇਹ ਵਿਹੜਾ ਧੋਤਾ ਸੀ, ਮਤਲਬ ਉਹਦਾ ਚਿੱਕੜ ਹੈ ਸਰ। ਪਾਣੀ ਛੱਡਦੇ, ਆਹ ਟਾਈਮਰ ਪਿਆ ਚੱਲ, 20 ਮਿੰਟ ਚੱਲੂਗਾ ਇਹ ਅਤੇ 20 ਮਿੰਟ ਬੰਦ ਰਹੂਗਾ। ਹਾਂਜੀ ਮਿੱਤਰੋ, ਕੀ ਹਾਲ ਚਾਲ? ਉਮੀਦ ਕਰਦੇ ਸਾਰੇ ਠੀਕ ਹੋਵੋਗੇ ਅਤੇ ਸਵਾਗਤ ਕਰਦੇ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਜਿਵੇਂ ਕਿ ਦੇਖ ਸਕਦੇ ਤੁਸੀਂ ਸਮਾਨ ਪਿਆ, ਅਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ, 47-48 ਟੈਂਪਰੇਚਰ ਚੱਲਦਾ, ਆਪਾਂ ਲਾਉਣ ਲੱਗੇ ਹਾਂ ਫੋਗਰ ਸਿਸਟਮ ਪਸ਼ੂਆਂ ਦੇ ਵਾਸਤੇ। ਠੀਕ ਹੈ ਜੀ, ਆਹ ਆਪਾਂ ਕਨੈਕਸ਼ਨ ਪਹਿਲਾਂ ਛਡਾ ਲਿਆ ਸੀ, ਤਾਂ ਕਰੋ ਚੈੱਕ। ਠੀਕ ਹੈ, ਇੱਥੇ ਐਲਬੋ ਆ ਜੂਗੀ, ਆਹ ਪ੍ਰੋਜੈਕਟ ਸਸਤਾ ਹੀ ਹੈ ਇਹ, ਅਤੇ ਤੁਹਾਨੂੰ ਦੱਸਾਂਗੇ ਵੀਡੀਓ ਦੇ ਲਾਸਟ ਵਿੱਚ ਆਪ ਲਾਉਣ ਲੱਗੇ ਹਾਂ ਕਿੰਨੇ ਕੁ ਦਾ ਖਰਚਾ ਪੈਂਦਾ ਇਹ। ਸਮਾਨ ਤੁਸੀਂ ਕਰ ਲਓ ਚੈੱਕ, ਇਹਦੇ ਵਿੱਚ ਇੱਕ ਟੀ ਪੁਆਇੰਟ ਆ ਗਿਆ ਜਿਹੜਾ ਉੱਥੇ ਲੱਗਣਾ ਟੂਟੀ 'ਤੇ, ਆਹ ਥਾਂ 'ਤੇ। ਠੀਕ ਹੈ ਜੀ, ਉਸ ਤੋਂ ਬਾਅਦ ਮੋਟਰ ਆ ਗਈ, ਆਹ ਫਿਲਟਰ ਵਾਲੀ ਬਾਡੀ ਆ ਗਈ, ਆਹ ਫਿਲਟਰ ਆ ਗਿਆ, ਨਾਲ ਆਹ ਪੈਪ ਆ ਗਈ ਜੀ, ਆਹ ਨਾਲ ਸਪਲਾਈ ਆ ਗਈ, ਆਹ ਟੀਆਂ ਆ ਗਈਆਂ, ਅਤੇ ਆਹ ਪਿੱਤਲ ਦੇ ਫੁਹਾਰੇ ਲਏ ਆਪਾਂ, ਪਲਾਸਟਿਕ ਦੇ ਵੀ ਮਿਲ ਜਾਂਦੇ ਆ ਪਰ ਆਪਾਂ ਪਿੱਤਲ ਦੇ ਲਏ ਆ। ਇਹਦੇ 'ਚ ਐਂ ਆ ਵੀ ਇਹਨਾਂ ਦਾ ਪ੍ਰੈਸ਼ਰ ਜ਼ਿਆਦਾ ਨਹੀਂ ਹੁੰਦਾ ਅਤੇ ਫੁਹਾਰਾ ਜ਼ਿਆਦਾ ਸੁੱਟਦੇ ਆ ਇਹ, ਜਿਹਦੇ ਕਰਕੇ ਫੁਹਾਰਾ ਜ਼ਿਆਦਾ ਸਿੱਟਣ ਕਰਕੇ ਇਹ ਚਿੱਕੜ ਘੱਟ ਕਰਦੇ ਆ, ਅਤੇ ਦੂਜੇ ਜਿਹੜੇ ਚਾਰ ਨਿਊਜ਼ਲ ਵਾਲੇ ਹੁੰਦੇ ਆ ਹੈ ਨਾ, ਉਹ ਚਿੱਕੜ ਜ਼ਿਆਦਾ ਕਰ ਦਿੰਦੇ ਆ ਉਹ। ਸੋ ਆ ਜਾਓ ਲਾਉਣੇ ਆਪਾਂ, ਕਰਦੇ ਹਾਂ ਫਿੱਟ, ਦਿਖਾਉਂਦੇ ਹਾਂ ਪ੍ਰੋਜੈਕਟ, ਅਤੇ ਲਾਸਟ ਦੇ ਵਿੱਚ ਜ਼ਰੂਰ ਦੱਸਾਂਗੇ ਕਿੰਨੇ ਦਾ ਆਇਆ ਸਾਰਾ ਮਾਲ ਇਹ। ਠੀਕ ਹੈ ਜੀ, ਇੱਥੋਂ ਆਪਾਂ ਸਪਲਾਈ ਦੇ ਦੇਣੀ ਆ, ਇੱਥੇ ਪਹਿਲਾਂ ਆਪਾਂ ਆ ਬੋਰਡ ਲਾ ਲਿਆ, ਬੋਰਡ ਦੇ ਉੱਤੇ ਸਮਾਨ ਕਰ ਦੇਣਾ ਆਪਾਂ ਸਾਰਾ, ਅਤੇ ਉੱਪਰੋਂ ਹੀ ਸਪਲਾਈ ਦੇ ਦੇਣੀ ਇਹਨੂੰ। ਅਤੇ ਇੱਕ ਇਹਦੇ ਚੀਜ਼ ਆਪਾਂ ਨੂੰ ਮਿਲੀ ਨਹੀਂ ਹਜੇ, ਟਾਈਮਰ, ਟਾਈਮਰ ਆਪਾਂ ਔਨਲਾਈਨ ਔਡਰ ਕੀਤਾ ਵਿਆ, ਇਹ ਆਪਾਂ ਮਾਰਕੀਟ 'ਚੋਂ ਜਾ ਕੇ ਲਏ ਸੀ, ਅਤੇ ਜਦੋਂ ਟਾਈਮਰ ਮਿਲ ਗਿਆ ਆਪਾਂ ਨਾਲ ਹੋਊ ਵੀ ਪਾ ਦਿਆਂਗੇ ਵਿੱਚ ਵੀਡੀਓ ਬਣਾ ਕੇ। ਆ ਜਾਓ ਕਰਦੇ ਹਾਂ ਫਿੱਟ। ਲਓ ਵੀ ਮਿੱਤਰੋ, ਮੋਟਰ ਕਰ ਦਿੱਤੀ ਉਹ ਫਿੱਟ, ਅਤੇ ਹੁਣ ਫਿਲਟਰ ਦੀ ਬਾਡੀ ਫਿੱਟ ਕਰਦੇ ਹਾਂ। ਪਸ਼ੂਆਂ ਨੂੰ ਪੂਰੀ ਮੌਜ ਹੈ ਯਾਰ ਆਹ ਚੀਜ਼ ਦੀ, ਜਿਵੇਂ ਨਹੀਂ ਆਪਾਂ ਇੱਥੇ ਜੇ ਕਰਦੇ ਹਾਂ, ਜਾਂ ਟਾਈਮਰ ਵੀ ਲਾਉਣਾ ਪਰ ਹੈ ਨਾ, ਇੱਥੇ ਜੇ ਕਰਦੇ ਹਾਂ ਫਿੱਟ, ਸਨ 'ਚ ਇੱਥੇ ਟਾਈਮਰ ਆ ਜੂਗਾ ਇਹਦੇ। ਲਓ ਵੀ ਆ ਜਾਓ ਨਿਸ਼ਾਨੀ ਲਾ ਕੇ ਇਹ ਕਰਕੇ ਫਿੱਟ ਤੁਹਾਨੂੰ ਦਿਖਾਉਣੀ ਅੱਗੇ। ਲਓ ਵੀ ਮਿੱਤਰੋ ਪਿਆਰਿਓ, ਆ ਫਿਲਟਰ ਵਾਲੀ ਬਾਡੀ ਫਿੱਟ ਕਰਤੀ, ਮੋਟਰ ਤੁਸੀਂ ਵੇਖ ਲਈ ਸੀ, ਅਤੇ ਇਹਦੇ ਪਿੱਛੇ ਲਾਉਣ ਨੂੰ ਨਾ ਕੋਈ ਯਾਰ ਕਲੈਂਪ ਨਹੀਂ ਸੀ, ਗਿੱਟੀ ਨਹੀਂ ਸੀ, ਸੋ ਆਹ ਪੱਤੀਆਂ ਸੀਗੀਆਂ ਐਲ ਟੈਪ ਗਈਆਂ ਵੀਆਂ, ਇਹਦੇ ਨਾਲ ਲਾ ਕੇ ਕਿਤੇ ਟਾਈਟ ਕਰਤੀ ਇਹ, ਪਤਾ ਨਹੀਂ ਉਹਨੇ ਹੈਲਦੀ ਨਹੀਂ ਲਿਆ ਸਪਲਾਈ। ਠੀਕ ਹੈ ਜੀ, ਪੈਪ ਰਹਿ ਗਈ ਲਾਉਣ ਵਾਲੀ, ਅਤੇ ਫੁਹਾਰੇ ਰਹਿ ਗਏ ਲਾਉਣ ਵਾਲੇ, ਅਤੇ ਕਰਦੇ ਹਾਂ ਕਨੈਕਸ਼ਨ ਇਹਨਾਂ ਦਾ ਬਾਅਦ 'ਚ, ਦੇਖਦੇ ਇਸ ਪਾਸੇ ਲਾਵਾਂਗੇ ਆਪਾਂ ਇਸ ਪਾਸੇ। ਠੀਕ ਹੈ ਜੀ, ਇੱਕ ਆਹ ਪੈਪ ਆ ਗਿਆ, ਇੱਕ ਪਿਛਲਾ ਸੈਂਟਰ 'ਚ ਹੀ ਮਤਲਬ ਆਪਾਂ ਲਾਉਣਾ, ਬੈਕ ਸਾਈਡ ਕਰਕੇ ਲਾਵਾਂਗੇ ਆਪਾਂ। ਲਓ ਵੀ ਮਿੱਤਰੋ, ਆ ਫਿਲਟਰ ਲਾਤਾ ਆਪਾਂ, ਆ ਮੋਟਰ ਲੱਗੀ ਆ, ਨਾਲ ਹੈਗੀ ਆ ਸਪਲਾਈ, ਅਤੇ ਇੱਥੇ ਲਾਵਾਂਗੇ ਆਪਾਂ ਆਟੋਮੈਟਿਕ, ਜਿਹੜਾ ਕੱਟ ਆਫ ਹੋ ਜਾਂਦਾ ਅਤੇ ਕੱਟ ਔਨ ਹੋ ਜਾਂਦਾ। ਠੀਕ ਹੈ, ਟਾਈਮਰ ਮਤਲਬ ਆਹ ਚੱਲੀ ਜਾਂਦੇ ਆ, ਕਰ ਦਿਓ ਚੈੱਕ, ਚਿੱਕੜ ਜਮਾ ਨਹੀਂ ਹੈਗਾ, ਜਿਹੜਾ ਥੱਲੇ ਆ ਹੈ ਨਾ ਇਹ ਧੋਤਾ ਆਪਾਂ ਫਰਸ਼ ਇਹਦਾ, ਉਹ ਪਾਣੀ ਖੜਾ ਸੀ, ਆਏ ਮਤਲਬ ਇੱਥੇ ਚੱਲੀ ਜਾਂਦਾ ਇਹ ਪਿੱਛੇ ਨੂੰ ਕਰਕੇ, ਇੱਥੇ ਡਿੱਗ ਰਿਹਾ।
ਨਵੇਂ ਮਿੱਤਰੋ ਟਾਈਮਰ ਤੁਹਾਨੂੰ ਪਹਿਲਾਂ ਦਿੱਤਾ ਦਿਖਾ ਅਤੇ ਇਹਦੇ ਲੱਗੇ ਹੁਣ ਕਰਨਾ ਆਪਾਂ ਕਨੈਕਸ਼ਨ ਠੀਕ ਆ ਜੀ ਅਤੇ ਆਹ ਲੱਗ ਗਿਆ ਟਾਈਮਰ ਆਟੋਮੈਟਿਕ ਔਨ ਹੋ ਜੂਗਾ ਬਾਕੀ ਚਲਾ ਕੇ ਤੁਹਾਨੂੰ ਕਰਾਉਣੇ ਆ ਚੈੱਕ ਅਤੇ ਕਨੈਕਸ਼ਨ ਦਈਏ ਕਰ ਪਹਿਲਾਂ ਆਪਾਂ ਇਹਦੇ ਲਓ ਵੀ ਦੋ ਸਪਲਾਈ ਆਪਾਂ ਇਹਦੀ ਐਂਡਪੁੱਟ 'ਚ ਦੇ ਦੀ ਫੇਸ ਅਤੇ ਨਿਊਟਰਨ ਦਾ ਇਹ ਤਾਂ ਸੋਚ ਅਤੇ ਦੂਜੇ ਪਾਸੇ ਆਪਾਂ ਜਿਹੜੀ ਮੋਟਰ ਨੂੰ ਉਤਾਰ ਜਾਣੀ ਹੈ ਉੱਧਰ ਕਨੈਕਸ਼ਨ ਕਰ ਦੇਣਾ ਲਓ ਵੀ ਔਨ ਹੋ ਗਿਆ ਠੀਕ ਹੈ ਜੀ ਆਹ ਸੈਕਿੰਡ ਆ ਗਿਆ ਟਾਈਮਰ ਔਨ ਆਫ ਆ ਗਿਆ ਅੱਗੇ ਇਹ ਕਰਦੇ ਹਾਂ ਆਪਾਂ ਪਹਿਲਾਂ ਕਨੈਕਸ਼ਨ ਕਰ ਲਈਏ ਲਓ ਵੀ ਮਿੰਟ 'ਤੇ ਕਰਕੇ ਆਪਾਂ ਹੁਣ ਐਂਟਰ ਕਰ ਦੇਣਾ ਜਿੰਨੇ ਮਿੰਟ ਬੰਦ ਰੱਖਣਾ ਜਿਵੇਂ ਆਪਾਂ ਪਹਿਲਾਂ ਆਪਾਂ ਸੈਕਿੰਡ 'ਤੇ ਕਰਦੇ ਹਾਂ ਸੈਕਿੰਡ 'ਤੇ ਕਰਕੇ ਸਲੈਕਟ ਨਹੀਂ ਆਪਾਂ ਸਾਨੂੰ ਜੋ 20 ਸੈਕਿੰਡ ਕਰਤਾ ਬੰਦ ਹੈ ਨਾ ਹੁਣ ਔਨ ਔਨ ਰੱਖਾਂਗੇ ਹੁਣ ਆਪਾਂ ਵੀਹ ਸੈਕਿੰਡ ਔਨ ਠੀਕ ਹੈ ਜੀ ਲੋ ਚੱਲ ਪਿਆ ਠੀਕ ਹੈ ਜੀ 20 ਸੈਕਿੰਡ ਚੱਲੂਗਾ ਹੁਣ ਇਹ ਟਾਈਮ ਸ਼ੁਰੂ ਹੋ ਗਿਆ ਉਹ ਚੱਲ ਪਏ ਫੁਹਾਰੇ ਆਹ ਕਰੋ ਚੈੱਕ ਤੁਸੀਂ ਚਾਨਣ ਕਰਕੇ ਥੋੜ੍ਹੀ ਜਿਹੀ ਘੱਟ ਦੇਖਦੇ ਆ ਇਹ ਹਾਂ ਆਫ ਡਿੱਗ ਜਾਂਦੀ ਨਾ ਠੀਕ ਆ ਬੰਦ ਹੋ ਗਿਆ ਠੀਕ ਹੈ ਜੀ ਆਹ ਫਿਰ ਟਾਈਮ ਚੱਲ ਪਿਆ 20 ਸੈਕਿੰਡ ਬੰਦ ਰਹੂਗਾ ਫਿਰ ਚੱਲ ਪਊਗਾ ਇੱਕ ਚੈੱਕ ਕਰਨਾ ਅਸੀਂ ਲਾਇਆ 20 ਸੈਕਿੰਡ 'ਤੇ ਮੋਟਰ ਇਹ ਨਾ ਠੰਡੀ ਰਹਿੰਦੀ ਯਾਰ ਗਰਮ ਨਹੀਂ ਵਾਲੀ ਹੁੰਦੀ ਲਓ ਜੀ ਚੱਲ ਪਏ ਠੀਕ ਹੈ ਜੀ ਉਗਰ ਸਿਸਟਮ ਇੱਥੇ ਯਾਰ ਦਿਸਦੀ ਘੱਟ ਆ ਉਹ ਡਿੱਗੀ ਜਾਂਦੀ ਠੀਕ ਹੈ ਵੀਡੀਓ ਚੰਗੀ ਲੱਗੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਜੀ ਇਹ ਟਾਈਮਰ ਦਾ ਰੇਟ ਹੈਗਾ 900 ਰੁਪਈਆ ਔਨਲਾਈਨ ਐਮਾਜ਼ੋਨ ਦਾ ਆਰਡਰ ਕੀਤਾ